ਦਾਸ ਕੁਛ ਲੇਟ ਹੋ ਗਿਆ, ਮੈਂ ਆਪ ਜੀ ਤੋਂ ਮਹਾਂਪੁਰਖਾਂ ਤੋਂ ਖਿਮਾ ਮੰਗਦਾ ਹਾਂ। ਸਤ ਸੰਗਤ ਜੀ, ਅੱਜ ਦੇ ਸਮੇਂ ਅੰਦਰ ਸਿੱਖ ਧਰਮ ਦੇ ਸਾਹਮਣੇ ਬਹੁਤ ਚੁਣੌਤੀਆਂ ਨੇ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਜਿੰਨੇ ਵੀ ਸਿੱਖ ਪੰਥ ਦੇ ਸਾਹਮਣੇ ਸਤ ਸੰਗਤ ਜੀ ਇਹੋ ਜਿਹੇ ਲੋਕ ਆਏ ਜਿਨ੍ਹਾਂ ਨੇ ਸਿੱਖ ਧਰਮ ਦੇ ਬਾਰੇ, ਦਸਮ ਗ੍ਰੰਥ ਦੇ ਬਾਰੇ, ਇਤਿਹਾਸ ਦੇ ਬਾਰੇ, ਗੁਰੂ ਕੀ ਬਾਣੀ ਤੇ ਕਿੰਤੂ ਪਰੰਤੂ ਕੀਤਾ, ਗੁਰੂ ਸਾਹਿਬ ਜੀ ਨੇ ਐਨ ਝਾੜ ਕੇ ਰੱਖ ਦਿੱਤਾ ਜਿਵੇਂ ਮਾਂਜੇ ਨਾਲ ਧੂੜ ਝਾੜੀ ਦੇ। ਸਤ ਸੰਗਤ ਜੀ ਹੋਰ ਵੀ ਜਿਹੜੇ ਢੱਡਰੀਆਂ ਵਾਲੇ ਵਰਗੇ ਤੇ ਦੂਜੇ ਤੀਜੇ ਪ੍ਰਚਾਰ ਕਰਦੇ ਨੇ ਨਾ, ਕਲਗੀਧਰ ਪਾਤਸ਼ਾਹ ਰਹਿਮਤ ਕਰਨਗੇ, ਇਹ ਵੀ ਝੜ ਜਾਣਗੇ। ਕਿਉਂਕਿ ਜਿਹੜੇ ਲੋਕ ਗੁਰੂ ਕੀ ਬਾਣੀ ਦੇ ਉਲਟ ਪ੍ਰਚਾਰ ਕਰ ਰਹੇ ਨੇ, ਗੁਰੂ ਕੇ ਅਸਥਾਨਾਂ ਦੇ ਉਲਟ ਪ੍ਰਚਾਰ ਕਰ ਰਹੇ ਨੇ, ਸਾਨੂੰ ਉਹਨਾਂ ਦੇ ਬਾਰੇ ਸੋਚਣਾ ਚਾਹੀਦਾ, ਸਮਝਣਾ ਚਾਹੀਦਾ। ਉਹਨਾਂ ਲੋਕਾਂ ਨੂੰ ਕਦੇ ਵਾਸਤੇ ਵੀ ਸੁਣਨਾ ਨਹੀਂ ਚਾਹੀਦਾ। ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦਾ ਫਰਮਾਨ ਹੈ, ਮੇਰੇ ਮੋਹਨ ਸ੍ਰਵਣੀ ਇਹ ਨਾ ਸੁਣਾਏ। ਸੱਚੇ ਪਾਤਸ਼ਾਹ ਜੀ ਦਾ ਇਹ ਹੁਕਮ ਹੈ ਕਿ ਐਸੇ ਜਿਹੜੇ ਨਾਸਤਕ ਲੋਕ ਨੇ ਨਾ, ਸਾਗਤ ਪੁਰਸ਼ ਨੇ, ਉਹਨਾਂ ਦੇ ਬੋਲ ਕਦੇ ਵਾਸਤੇ ਵੀ ਹੇ ਅਕਾਲ ਪੁਰਖ ਵਾਹਿਗੁਰੂ ਮੇਰੇ ਕੰਨਾਂ ਵਿੱਚ ਨਾ ਪੈਣ। ਤੇ ਆਪਾਂ ਨੂੰ ਵੀ ਐਸੇ ਲੋਕਾਂ ਦੇ ਬੋਲ, ਐਸੇ ਲੋਕਾਂ ਦੇ ਬਚਨ ਨਹੀਂ ਸੁਣਨੇ ਚਾਹੀਦੇ, ਗੁਰੂ ਕੀ ਬਾਣੀ ਨਾਲ ਜੁੜੇ ਰਹਿਣਾ ਚਾਹੀਦਾ। ਤਾਂ ਹੀ ਸਤ ਸੰਗਤ ਜੀ ਆਪਾਂ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਾਂਗੇ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ, ਮਹਾਂਪੁਰਖਾਂ ਨੇ ਵੀ ਆਪ ਸਮੂਹ ਸਿੱਖ ਸੰਗਤਾਂ ਨੂੰ ਸਨੇਵਰ ਬੇਨਤੀ ਕੀਤੀ ਹੈ, ਅੰਮ੍ਰਿਤ ਬਾਰੇ ਗਿਆਨੀ ਜੀ ਨੇ ਵੀ ਅਨਾਊਂਸਮੈਂਟ ਕੀਤੀ ਹੈ ਕਿ ਅੰਮ੍ਰਿਤ ਦਾ ਬਾਟਾ ਤਿਆਰ ਹੋ ਰਿਹਾ ਹੈ। ਜਿਨ੍ਹਾਂ ਵੀਰਾਂ ਨੇ, ਭੈਣਾਂ ਨੇ ਅਜੇ ਤੱਕ ਅੰਮ੍ਰਿਤ ਦੀ ਦਾਤ ਪ੍ਰਾਪਤ ਨਹੀਂ ਕੀਤੀ, ਉਹ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਪੱਲੇ ਲੱਗੋ ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜ ਕਰਕੇ ਆਪਣਾ ਜੀਵਨ ਸਫਲ ਕਰੋ। ਸਤਿਗੁਰਾਂ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ, ਸਤਿਗੁਰ ਵੱਜ ਗੁਰ ਨਹੀਂ ਕੋਈ,